ਸਤਿਸੰਗ ਜੀਓ ਮੁੱਖ ਵਾਕ ਦੇ ਵਿਚਾਰ ਆਰੰਭ ਕਰੀਏ ਪੇਸ਼ ਕਰ ਸਨੇਵਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਅੱਜ ਦਾ ਇਹ ਮਹਾਨ ਵਾਕ ਇੱਕ ਸੂਫੀ ਸੰਤ ਦੀ ਖੰਡ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਿਤਨੇ ਮੁਸਲਿਮ ਫਕੀਰ ਨੇ ਇਹ ਕਰੀਬਨ ਸੂਫੀ ਗਿਆਨਾਂ ਦੇ ਮਾਲਕ ਸਨ ਸੂਫੀਆਂ ਦੇ ਸਿਰਮੌਰ ਭਗਤ ਕਬੀਰ ਇਸ ਤਰ੍ਹਾਂ ਦੇਖਣ ਇਸ ਤਰ੍ਹਾਂ ਹੀ ਸਦਨੇ ਨੂੰ ਗਿਣਦੇ ਨੇ ਕਿ ਉਹ ਲੋਕ ਸਨ ਜਿਨ੍ਹਾਂ ਦੇ ਪਿਤਾ ਪਿਤਾਮਾ ਹੈ ਦੇ ਕਾਰਨ ਕਰਕੇ ਇਸਲਾਮ ਕਬੂਲ ਕਰਦੇ ਹਨ ਪਰ ਪ੍ਰਾਚੀਨ ਸੰਸਕਾਰ ਇਸ ਦੇਸ਼ ਦੀ ਸੰਸਕ੍ਰਿਤੀ ਇਸ ਦੇਸ਼ ਦਾ ਪ੍ਰਾਚੀਨ ਧਾਰਮਿਕ ਢਾਂਚਾ ਇਹਦੇ ਪ੍ਰਭਾਵ ਤੋਂ ਬਚਣਾ ਬੜਾ ਔਖਾ ਸੀ ਇਸ ਤਰ੍ਹਾਂ ਦੇ ਇਹ ਲੋਕ ਸਾਂਝੇ ਖਿਆਲਾਂ ਦੇ ਮਾਲਕ ਬਣ ਗਏ ਕਿ ਸੂਫੀ ਸੰਤ ਪੈਦਾ ਇਹਨਾਂ ਵਿੱਚੋਂ ਕਬੀਰ ਨੇ ਤੇ ਐਲਾਨੀਆਂ ਇੰਝ ਕਹਿ ਦਿੱਤਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲੇ ਰਾਮ ਕੇ ਪਿੰਡ ਪਰਾਂ ਠੀਕ ਹੈ ਪਿਤਾ ਪਿਤਾਮਾ ਨੇ ਇਸਲਾਮ ਕਬੂਲ ਕੀਤਾ ਸੀ ਪਰ ਮੈਂ ਮੁਸਲਮਾਨ ਨਹੀਂ ਹਾਂ ਪਰ ਮੈਂ ਹਿੰਦੂ ਵੀ ਨਹੀਂ ਐਸਾ ਕਿਉਂ ਕਹਿ ਦਿੱਤਾ ਪਹਾੜਾਂ ਦਾ ਸੀਨਾ ਚੀਰ ਕੇ ਝਰਨਾ ਤੇ ਨਿਰਮਲ ਨਿਕਲਦਾ ਪਰ ਪਹਾੜਾਂ ਦੀ ਗੋਦ ਵਿੱਚੋਂ ਨਿਕਲ ਕੇ ਜਦ ਇਹੀ ਝਰਨਾ ਵੱਡੇ ਬਹਾਵ ਦਰਿਆਵ ਦਾ ਸ਼ਕਲ ਅਖਤਿਆਰ ਕਰ ਮੈਦਾਨੀ ਇਲਾਕਿਆਂ 'ਚ ਆਉਂਦਾ ਤਾਂ ਸ਼ਹਿਰਾਂ ਦੀ ਗੰਦਗੀ ਕਸਬਿਆਂ ਦੀ ਮਹਿਲ ਉਸ ਵਿੱਚ ਸਮੇਲਤ ਆਉਂਦੀ ਹੈ ਉਹ ਜੋ ਝਰਨੇ ਦੀ ਪਵਿੱਤਰਤਾ ਸੀ ਉਸ ਵਿੱਚ ਨਹੀਂ ਰਹਿ ਜਾਂਦਾ ਕਿਸੇ ਵੀ ਅਵਤਾਰ ਦੇ ਸਹੀ ਸੀਨੇ ਵਿੱਚੋਂ ਜਿਸ ਧਰਮ ਦਾ ਜਨਮ ਆਉਂਦਾ ਅਤਿਅੰਤ ਨਿਰਮਲ ਮਹਾਨ ਨਿਰਮਲ ਹੁੰਦਾ ਫਿਰ ਇਸ ਝਰਨੇ ਦਾ ਜਲ ਪੀਂਦੇ ਆਇਆ ਅਤੇ ਝਰਨੇ ਵਿੱਚ ਗੰਦਗੀ ਸੁੱਟਦੇ ਆਇਆ ਐਸੇ ਝਰਨੇ ਮਹਿਲੇ ਹੋਏ ਇਸਲਾਮ ਦਾ ਜੋ ਝਰਨਾ ਮੁਹੰਮਦ ਦੇ ਹਿਰਦੇ 'ਚੋਂ ਨਿਕਲਿਆ ਸੀ ਉਹ ਮੁਸਲਮਾਨ ਕੋਲ ਨਹੀਂ ਮੁਸਲਮਾਨ ਨੇ ਉਸ ਝਰਨੇ ਨੂੰ ਮਹਿਲਾ ਕਰ ਉੱਥੇ ਮਹਿਲਾ ਹੋ ਇਸਲਾਮ ਦੇ ਤੇ ਅਖਰੀ ਅਰਥ ਸਨ ਅਮਨ ਸਲਾਮ ਦੇ ਬੜਾ ਖੂਨ ਬਰਾਬਰ ਇਸ ਤਰ੍ਹਾਂ ਵੈਦਿਕ ਧਰਮ ਉਪਨਿਸ਼ਦਾਂ ਦਾ ਧਰਮ ਬੜਾ ਇੱਕ ਨਿਰਮਲ ਝਰਨਾ ਚੱਲਿਆ ਸੀ ਬੜੇ ਨਿਰਮਲ ਝਰਨੇ ਚੱਲੇ ਸੀ ਬਾਅਦ ਵਿੱਚ ਸਵਾਰਥੀ ਲੋਕਾਂ ਦੇ ਕਰਮ ਕਾਂਡ ਪੁਨਿਆ ਮਸਿਆ ਦੇਵੀ ਦੇਵਤੇ ਵਰਤ ਪਖੰਡ ਇਤਨਾ ਸ਼ਾਮਿਲ ਹੋਇਆ ਉਸ ਸਵਾਰਥ ਨੇ ਇਹਨਾਂ ਝਰਨਿਆਂ ਨੂੰ ਇਤਨਾ ਮੈਲਾ ਕਰ ਦਿੱਤਾ ਉਹ ਪਵਿੱਤਰਤਾ ਨਹੀਂ ਹੈ ਕਿ ਵਗਦੇ ਦਰਿਆ ਮੈਲੇ ਕਬੀਰ ਨੂੰ ਦਿਸ ਪਏ ਸਨ ਕਿ ਵਗਦੇ ਦਰਿਆ ਮੈਲੇ ਕਬੀਰ ਨੇ ਗਹਿਰਾਈ ਨਾਲ ਵੇਖੇ ਤੇ ਐਲਾਨੀਆਂ ਕਹਿ ਦਿੱਤਾ ਨਾ ਹਮੇ ਹਿੰਦੂ ਨਾ ਮੁਸਲਮਾਨ ਅੱਲੇ ਰਾਮ ਕੇ ਪਿੰਡ ਪਰਾਂ ਜੋ ਵਿਅਰਥ ਦਾ ਕਰਮ ਕਾਂਡ ਹਿੰਦੂ ਧਰਮ ਵਿੱਚ ਹੈ ਮੈਂ ਨਹੀਂ ਮੰਨਦਾ
ਉਹਨੇ ਜਿਤਨੀ ਐਲਾਨੀਆਂ ਢੰਗ ਨਾਲ ਇਨਕਾਰ ਕੀਤਾ ਜੇ ਉਹਨਾਂ ਸ਼ਬਦਾਂ ਨੂੰ ਸਾਹਮਣੇ ਰੱਖੀਏ ਦਿਲ ਨੂੰ ਚੋਟ ਵੀ ਲੱਗੇ। ਕਰਮ ਕਰ ਸਿਰਫ ਇੱਕੋ ਹੀ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਦਾ ਜਿਹਦੇ 'ਚ ਉਹ ਦੋਹਾਂ 'ਤੇ ਚੋਟ ਕਰਦਾ। ਬੁੱਤ ਪੂਜ ਪੂਜ ਹਿੰਦੂ ਮੋਹੇ, ਤੁਰਕ ਮੋਵੇ ਸਿਰ ਨਾਲ, ਦੋਵੇਂ ਹੀ ਮਰ ਗਏ। ਦੋਹਾਂ 'ਚ ਧਾਰਮਿਕਤਾ ਮਰ ਗਈ, ਦੋਹਾਂ 'ਚ ਇਨਸਾਨੀਅਤ ਮਰ ਗਈ, ਦੋਹਾਂ 'ਚ ਰਸ ਮਰ ਗਿਆ, ਦੋਹਾਂ 'ਚ ਦੈਵੀ ਗੁਣ ਮਰ ਗਏ। ਮੂਹੇ ਹਿੰਦੂ 'ਤੇ ਜ਼ਿੰਦਾ ਹੈ, ਹਿੰਦੂ ਦੇ 'ਚ ਧਰਮ ਮਰ ਗਿਆ। ਮੁਸਲਮਾਨ 'ਤੇ ਜ਼ਿੰਦਾ ਹੈ, ਮੁਸਲਮਾਨ ਦੇ ਅੰਦਰ ਇਸਲਾਮ ਮਰ ਗਿਆ। ਹਿੰਦੂ 'ਤੇ ਜ਼ਿੰਦਾ ਹੈ, ਹਿੰਦੂਆਂ ਦੇ ਅੰਦਰ ਉਪਨਿਸ਼ਦਾਂ ਦੀ ਪਵਿੱਤਰਤਾ ਮਰ ਗਈ। ਉਹਨਾਂ ਰਿਸ਼ੀ ਮੁਨੀਆਂ ਦਾ ਪਾਵਨ ਸਰੂਪ ਮਰ ਗਿਆ। ਵਰਨਾ ਕਬੀਰ ਇਹ ਨਹੀਂ ਕਹਿ ਰਹੇ ਜ਼ਮੀਨ 'ਤੇ ਸਾਰੇ ਮੁਸਲਮਾਨ ਮਰ ਗਏ ਨੇ ਅਤੇ ਹਿੰਦੂ ਮਰ ਗਏ ਨੇ, ਨਹੀਂ, ਹਿੰਦੂ ਜ਼ਿੰਦਾ ਹੈ ਪਰ ਹਿੰਦੂ ਦੇ ਅੰਦਰ ਧਰਮ ਮਰ ਗਿਆ। ਮੁਸਲਮਾਨ 'ਤੇ ਜ਼ਿੰਦਾ ਹੈ, ਮੁਸਲਮਾਨ ਦੇ ਅੰਦਰ ਇਸਲਾਮ ਮਰ ਗਿਆ। ਕਹਿਣ ਦੇਣਾ ਚਲੋ ਆ ਗਈ ਹੈ ਕੰਠ ਤੱਕ ਗੱਲ, ਗੁਰਮਤ 'ਤੇ ਜ਼ਿੰਦਾ, ਗੁਰਬਾਣੀ 'ਤੇ ਜਾਗਤ ਸਰੂਪ ਹੈ, ਸਤਿਗੁਰ ਜਾਗਤਾ ਹੈ ਦੇ ਜ਼ਿੰਦਾ ਹੈ। ਮੈਂ ਦੇਖਦਾ ਬਹੁਤੀ ਸਿੱਖੀ ਮਰ ਗਈ ਹੈ, ਖਾਸ ਕਰਕੇ ਪੰਜਾਬ ਦੇ ਚੀਨਾਂ। ਵਕਤ ਪਾ ਕੇ ਝਰਨੇ ਮਹਿਲੇ ਆ ਜਾਂਦੇ, ਇੱਕ ਨਿਰਮਲ ਧਾਰਾ ਈਸਾ ਦੇ ਅੰਦਰੋਂ ਨਿਕਲੀ ਸੀ, ਉਹ ਈਸਾਈਆਂ ਕੋਲ ਨਹੀਂ। ਕਬੀਰ ਨੇ ਐਲਾਨੀਆਂ ਕਹਿ ਦਿੱਤਾ ਇਸ ਤਰ੍ਹਾਂ ਦਾ ਮਹਿਲਾ ਕਰਮ ਕਾਂਡੀ ਧਰਮ, ਜੋ ਹਿੰਦੂ ਦੇ ਨਾਮ 'ਤੇ ਮੁਸਲਮਾਨ ਦੇ ਨਾਮ 'ਤੇ ਮੈਨੂੰ ਨਹੀਂ ਕਹੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੇ ਰਾਮ ਕੇ ਪਿੰਡ ਪਰਾਂ। ਚਲੋ ਕੁਝ ਇੱਕ ਦੋਹਾਂ ਦਾ ਜ਼ਿਕਰ ਕਰ, ਨਾਮਦੇਵ ਨੇ ਤਾਂ ਬੜਾ ਜ਼ਿਕਰ ਕੀਤਾ ਦੋਹਾਂ ਦਾ ਜ਼ਿਕਰ, ਕਬੀਰ ਨੇ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਹਿਤਕ ਢੰਗ ਨਾਲ ਸਭੇ ਭਾਸ਼ਾ ਵਿੱਚ ਕੀਤਾ, ਇਸ਼ਾਰਿਆਂ ਨਾਲ ਸਮਝਾਇਆ। ਕਬੀਰ ਲੱਠ ਲੈ ਕੇ ਖੜ੍ਹੇ ਹੋ ਗਏ, ਕਹਿੰਦੇ ਨਹੀਂ ਇਹ ਗਵਾਰ ਇਸ਼ਾਰਿਆਂ ਨਾਲ ਨਹੀਂ ਸਮਝਾ, ਆਪਾਂ ਲੱਠ ਨਾਲ ਸਮਝਾ। ਬੁੱਤ ਪੂਜ ਪੂਜ ਹਿੰਦੂ ਮੋਹੇ, ਤੁਰਕ ਮੋਏ ਸਿਰ ਨਾਈ, ਓਹਲੇ ਜਾ ਰੇ ਓਹਲੇ ਗਾੜੇ, ਤੇਰੀ ਗਤ ਦੋ ਨਾ ਮਨ ਰੇ ਸੰਸਾਰ ਅੰਧ ਗਏ। ਦੋਹਾਂ ਦਾ ਜ਼ਿਕਰ ਕਰ ਰਹੇ ਨੇ, ਦੋਹਾਂ ਦਾ ਸੰਸਾਰ, ਹਿੰਦੂ ਅੰਧੇਰੇ ਵਿੱਚ ਹੈ, ਮੁਸਲਮਾਨ ਅੰਧੇਰੇ ਵਿੱਚ। ਨਾ ਮੁਸਲਮਾਨ ਚੱਲ ਰਿਹਾ, ਨਾ ਹਿੰਦੂ ਚੱਲ ਰਿਹਾ, ਭਟਕ ਰਿਹਾ। ਮਨ ਰੇ ਸੰਸਾਰ ਅੰਧ ਗਹੇਰਾ, ਚੌ ਦਿਸ ਪਸਰਿਓ ਹੈ ਜਮ ਜੇ, ਅੰਧੇਰੇ ਦੇਖ ਕੇ ਫਿਰ ਭਟਕਣਾ ਹੀ। ਇਤਨੀ ਗੱਲ ਮੈਂ ਇਸ ਵਾਸਤੇ ਆਖੀ ਹੈ, ਜਿਸ ਭਗਤ ਦਾ ਅੱਜ ਦਾ ਵਾਕ ਹੈ, ਭਾਰਤ ਦੇ ਬੇਸ਼ਤਰ ਵਿਦਵਾਨ ਇਸ ਨੂੰ ਵੀ ਸੂਫੀ ਮੰਨਦੇ ਕਿ ਹਿੰਦੂ ਨਹੀਂ ਸੀ, ਵੇਖਣ ਹਿੰਦੂ ਨਹੀਂ ਸੀ। ਬੀਖਮ ਦੀ ਗੁਰਬਾਣੀ ਹੈ, ਬੀਖਨ ਸੂਫੀ ਫਕੀਰ ਸੀ। ਮੇਰਾ ਆਪਣਾ ਮਨ ਵੀ ਮੰਨਦਾ ਕਿ ਨਾਮ ਹੀ ਇਸ ਤਰ੍ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ
ਪਹਿਲੇ ਪਹਿਲ ਜੋ ਦਰਸ਼ਨ ਕਰਨ ਲਈ ਗਿਆ ਹੈ ਵੇਖਣ ਸਾਸ ਫਕੀਰ ਵੇਖਣ ਸਾਸ। ਜਾਂ ਹੋ ਸਕਦਾ ਕਿ ਭੀਸ਼ਮ ਦਾ ਭੀਖਮ ਬਣਿਆ ਹੋਵੇ, ਸ਼ਾਹ ਨੂੰ ਕਈ ਦਫ਼ਾ ਖਾ ਨਾਲ ਉਚਾਰਨ ਕਰਦੇ। ਹੋ ਸਕਦਾ ਹਿੰਦੂ ਹੋਵੇ, ਲੇਕਿਨ ਮੈਂ ਅਰਜ਼ ਕਰਾਂ ਜਿਨ੍ਹਾਂ ਨੂੰ ਮੁਗਲਾਂ ਨੇ ਕਮਜ਼ੋਰ ਸਮਝਿਆ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਗਲਬਾ ਪਾ ਕੇ ਆਪਣੀ ਚਾਸ਼ਣੀ ਚਾੜ ਦਿੱਤੀ ਸੀ। ਇਸ ਦੇਸ਼ ਵਿੱਚ ਮੁਸਲਮਾਨ ਅਰਬ ਤੋਂ ਨਹੀਂ ਆਏ, ਇੱਥੇ ਹੀ ਬਣੇ, ਇੱਥੇ ਹੀ ਬਣੇ। ਤੋ ਵੇਖਣ ਦਾ ਇਹ ਪਾਵਨ ਪਵਿੱਤਰ ਵਾਕ ਜੋ ਅੱਜ ਹੁਕਮਨਾਮੇ ਦੇ ਰੂਪ ਵਿੱਚ ਦਰਬਾਰ ਸਾਹਿਬ ਵਿੱਚ ਆਇਆ, ਇਸ ਦੇ ਵਿੱਚ ਜਿਹੜਾ ਮੂਲ ਭਾਵ ਹੈ ਮਨੁੱਖ ਦੀ ਬਿਰਧ ਅਵਸਥਾ ਦਾ ਜ਼ਿਕਰ ਕੀਤਾ। ਪਹਿਲੀਆਂ ਪੰਕਤੀਆਂ ਨੇ ਨੈਨੋ ਨੀ ਬਹੇ ਤਨ ਕੇ ਨਾ ਭਏ ਕੇਸ ਦੁਦਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪਰਾ। ਕਰੀਬਨ ਕਰੀਬਨ ਸਾਰੇ ਸ਼ਬਦ ਵਿੱਚ ਬਿਰਧ ਅਵਸਥਾ ਦੀ ਪੀੜਾ ਦਾ, ਬਿਰਧ ਅਵਸਥਾ ਦੀ ਕਮਜ਼ੋਰੀ ਦਾ, ਬਿਰਧ ਅਵਸਥਾ ਦੀ ਮਜਬੂਰੀ ਦਾ ਜ਼ਿਕਰ ਕੀਤਾ। ਖੁਲਾਸਾ ਕਰਨ ਤੋਂ ਪਹਿਲੇ ਮੈਂ ਇੰਨਾ ਵੀ ਅਰਜ਼ ਕਰਦੇ ਹਾਂ, ਮੈਨੂੰ ਇਸ ਦੇਸ਼ ਵਿੱਚ ਚੋਟੀ ਦੇ ਨਾਸਤਿਕ ਵੀ ਮਿਲੇ ਨੇ, ਚੰਗੇ ਚੰਗੇ ਲੇਖਕ ਸਾਹਿਤਕਾਰ ਨਾਸਤਿਕ। ਉਹਨਾਂ ਦੇ ਤਰਕ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਹੜੀ ਉਹ ਤਰਕ ਕਰਦੇ ਨੇ। ਕਹਿੰਦੇ ਨੇ ਸੰਤਾਂ ਕੋਲੋਂ, ਭਗਤਾਂ ਕੋਲੋਂ, ਅਵਤਾਰਾਂ ਕੋਲ ਇੱਕੋ ਹੀ ਵਿਸ਼ਾ ਹੈ, ਬੰਦੇ ਨੂੰ ਡਰਾਓ, ਮੌਤ ਅੱਗੇ ਰੱਖ ਕੇ ਬੁਢੇ ਭਾਗ ਗਿਆ, ਡਰਾਓ ਬੰਦੇ। ਕਹਿੰਦੇ ਸਾਰੇ ਇਹੀ ਗੱਲ ਕਰਦੇ ਕਿ ਜੀਵਣ ਹੀ ਨਹੀਂ ਦਿੰਦੇ, ਕਿ ਢੰਗ ਨਾਲ ਜੀਵਣ ਹੀ ਨਹੀਂ ਦਿੰਦੇ, ਕਿ ਅੱਜ ਦੇ ਨਾਸਤਿਕ ਕਹਿੰਦੇ, ਕਿ ਫਰਾਇਡ ਅਤੇ ਕਾਰਲ ਮਾਰਕਸ ਤੋਂ ਪ੍ਰੇਰਿਤ ਹੋ ਕੇ ਕਹਿੰਦੇ। ਤੁਹਾਡੇ ਨੌਜਵਾਨ ਪੰਜਾਬ ਦੇ ਵੀ ਬਥੇਰੇ ਕਹਿੰਦੇ, ਮੈਂ ਤਾਂ ਉਹਨਾਂ ਦੇ ਬੋਲ ਸੁਣ ਕੇ ਵੀ ਦੰਗ ਰਹਿ ਗਿਆ ਜਿਹੜੇ ਆਪਣੇ ਆਪ ਨੂੰ ਦਾਰਸ਼ਨਿਕ ਅਤੇ ਵਿਦਵਾਨ ਕਹਿੰਦੇ ਨੇ। ਕਹਿੰਦੇ ਨੇ ਇੱਕੋ ਹੀ ਵਿਸ਼ਾ ਹੈ ਸੰਤਾਂ ਕੋਲ, ਮੌਤ ਦੀ ਗੱਲ ਕਰੋ, ਬੁਢੇਪੇ ਦੀ ਗੱਲ ਕਰੋ, ਬੰਦੇ ਨੂੰ ਭੈਭੀਤ ਕਰੋ, ਬੰਦੇ ਨੂੰ ਜੀਣ ਹੀ ਨਾ ਦਿਓ, ਮਨੁੱਖ ਨੂੰ ਜ਼ਿੰਦਾ ਹੀ ਨਾ ਰਹਿਣਾ। ਉਹਨਾਂ ਸੱਜਣਾ ਨੂੰ ਮੈਂ ਇੰਨੀ ਜ਼ਰੂਰ ਬੇਨਤੀ ਕੀਤੀ ਸੀ ਕਿ ਦੋ ਮਿੰਟਾਂ 'ਚ ਜਿਹੜਾ ਤੁਸੀਂ ਤਰਕ ਪੇਸ਼ ਕਰ ਦਿੱਤਾ ਹੈ, ਦੋ ਮਿੰਟਾਂ 'ਚ ਇਹਨੂੰ ਵੱਧ ਤੋਂ ਵੱਧ ਮੈਂ ਦੋ ਘੰਟਿਆਂ ਵਿੱਚ ਸਮਾਧਾਨ ਪੇਸ਼ ਕਰ ਸਕਾਂਗਾ ਜੇ ਤੁਸੀਂ ਦੋ ਘੰਟੇ ਕੱਢੋ, ਔਰ ਉਹ ਵੀ ਸੰਗਤ। ਕਹਿਣ ਲੱਗੇ ਹੱਦ ਹੋ ਗਈ, ਅਸੀਂ ਦੋ ਘੰਟੇ ਸੱਚਾਈ ਰੱਖ ਦਿੱਤੀ, ਦੋ ਮਿੰਟਾਂ ਸੱਚਾਈ ਰੱਖ ਦਿੱਤੀ, ਤੁਸੀਂ ਦੋ ਘੰਟੇ ਲਾਓਗੇ। ਮੈਂ ਕਿਹਾ ਹਾਂ, ਗੰਢੇਂਦਿਆਂ ਛੇ ਮਾਂ, ਤੁੜੇਂਦਿਆਂ ਇੱਕ ਛੇ। ਮਹਿਲ ਜਦ ਬਣਾਉਣਾ ਹੋਵੇ ਸਮਾਂ ਲੱਗਦਾ, ਬਣਾਉਣਾ ਹੋਵੇ ਇੱਕੋ ਹੀ ਬੰਬ ਦੇ ਧਮਾਕੇ ਨਾਲ ਗਿਰਾ ਕੇ ਪਰੇ ਕਰੋ। ਅਮੈਰੀਕਾ ਵਿੱਚ ਵਰਲਡ ਟ੍ਰੇਡ ਸੈਂਟਰ 110 ਮੰਜ਼ਿਲਾ ਬਿਲਡਿੰਗ, ਉਹ ਜਿਹੜੀਆਂ ਦੋ ਬਣੀਆਂ ਸਨ 12 ਸਾਲਾਂ ਵਿੱਚ ਬਣੀਆਂ, ਗਿਰੀਆਂ ਇੱਕ ਮਿੰਟ ਵਿੱਚ। ਇੱਕ ਮਿੰਟ ਵਿੱਚ ਢਹਿ ਢੇਰੀ ਤਾਂ ਕੀਤਾ ਜਾ ਸਕਦਾ, ਇੱਕ ਮਿੰਟ ਵਿੱਚ ਇਤਨੀ ਵੱਡੀ ਤਾਮੀਰ ਨਹੀਂ ਕੀਤੀ। ਮੈਂ ਕਿਹਾ ਇਹੀ ਨਿਯਮ ਇੱਥੇ ਵੀ ਲਾਗੂ, ਤਰਕ ਤੇ ਬੱਚਾ ਵੀ ਕਰ ਸਕਦਾ, ਬੇਸੁਰਾ ਵਾਜਾ ਤੇ ਕੋਈ ਵੀ ਵਜਾ ਸਕਦਾ, ਪਰ ਇਹਨੂੰ ਸੁਰ ਦੇ 'ਚ ਵਜਾਉਣਾ ਹੈ ਤੇ ਸਾਧਨਾ 'ਚੋਂ ਲੰਘਣਾ ਪਏਗਾ, ਸਿੱਖਣਾ ਪਏਗਾ, ਮਿਹਨਤ ਕਰਨੀ ਪਏਗੀ। ਬੇਤਾਲਾ ਤਬਲਾ ਤੇ ਸਾਰੇ ਹੀ ਖੜਕਾ ਸਕਦੇ, ਹੱਥ ਮਾਰੀ ਜਾਣਗੇ, ਬੱਚੇ ਵੀ ਮਾਰੀ ਜਾਂਦੇ।
ਬੇਤਾਲਾ ਤਬਲਾ ਤੇ ਸਾਰੇ ਖੜਕਾ ਸਕਦੇ ਤਬਲੇ ਦੇ ਵਿੱਚੋਂ ਤਿੰਨ ਤਾਲ ਵਜਾਉਣਾ ਦਾਦਰਾ ਵਜਾਉਣਾ ਚੰਚਲ ਪ੍ਰਗਟ ਕਰਨਾ ਕੈਰਵੇ ਦੀ ਗਤ ਪ੍ਰਗਟ ਕਰਨੀ ਇਹ ਤੇ ਸਾਧਨਾ 'ਚੋਂ ਲੱਗਣਾ ਤਬਲੇ 'ਤੇ ਦੋਵੇਂ ਹੱਥ ਮਾਰ ਕੇ ਧਾ ਦਾ ਤੇ ਸਾਰੇ ਹੀ ਕਰ ਸਕਦੇ ਨੇ ਵਾਜੇ ਦੀਆਂ ਸੁਰਾਂ 'ਤੇ ਹੱਥ ਰੱਖ ਕੇ ਰੋਣਾ ਪਿੱਟਣਾ ਤੇ ਸਾਰੇ ਹੀ ਕਰ ਸਕਦੇ ਪਰ ਇਹਦੇ 'ਚੋਂ ਸੰਗੀਤ ਤਾਂ ਉਹੀ ਕੱਢੇਗਾ ਸਾਧਨਾ 'ਚੋਂ ਲੰਘਣਾ ਪਏਗਾ ਸਮਾਂ ਲੱਗੇਗਾ ਬੇਸੁਰਾ ਵਾਜਾ ਵਜਾਉਣ ਵਾਸਤੇ ਕੋਈ ਸਮਾਂ ਨਹੀਂ ਚਾਹੀਦਾ ਇੱਧਰ ਪੰਖਾ ਦੇ ਉਹਦੇ ਸੁਰਾਂ 'ਤੇ ਹੱਥ ਰੱਖੋ ਬੇਸੁਰਾ ਵੱਜਦਾ ਤਰਕ ਦੇ 'ਚ ਸਮਾਂ ਨਹੀਂ ਲੱਗਦਾ ਪਰ ਤਾਂ ਹੁਣ ਮੈਂ ਕਰਦਿਆਂ ਨਹੀਂ ਹੈ ਪਰਮਾਤਮਾ ਕਿਉਂਕਿ ਦਿਖਾਈ ਨਹੀਂ ਦਿੰਦਾ ਤੂੰ ਨਹੀਂ ਹੈ ਕਿਉਂਕਿ ਦਿਖਾਈ ਨਹੀਂ ਦਿੰਦਾ ਤਾਂ ਮੈਂ ਨਹੀਂ ਮੰਨਦਾ ਤਰਕ ਕੋਈ ਬਹੁਤ ਵੱਡੀ ਗੱਲ ਨਹੀਂ ਇਹ ਬੱਚੇ ਵੀ ਕਰ ਸਕਦੇ ਸਮੱਸਿਆਵਾਂ ਕੋਈ ਵੀ ਖੜੀਆਂ ਕਰ ਸਕਦਾ ਸਮੱਸਿਆਵਾਂ ਦਾ ਸਮਾਧਾਨ ਇਹ ਫਿਰ ਕੋਈ ਕੋਈ ਪੇਸ਼ ਕਰਦਾ ਹੈ ਔਰ ਛੇਤੀ ਨਹੀਂ ਇੱਕ ਨੌਜਵਾਨ ਹੈ 20-22 ਸਾਲ ਵਿੱਚ ਨੌਜਵਾਨ ਹੋਇਆ ਇਹਨੂੰ ਮਾਰਨ ਲੱਗਿਆਂ 22 ਸਾਲ ਲੱਗ ਸਕਦੇ ਨੇ ਇੱਕ ਗੋਲੀ ਚਲਾਈ ਖਤਮ ਇੱਕ ਮਿੰਟ 'ਚ ਮਾਰਿਆ ਜਾ ਸਕਦਾ ਇੱਕ ਮਿੰਟ ਦੇ 'ਚ ਇਹਨੂੰ ਜਵਾਨ ਬਣਾਇਆ ਜਾ ਸਕਦਾ 22 ਸਾਲ ਲੱਗੇ ਨੇ ਜਵਾਨ ਹੋਣ ਦੇ ਇਹ ਤਾਂ ਗੰਢੇਂਦਿਆਂ 6 ਮਾਹ ਤੁਣੇਂਦਿਆਂ 1 ਦਿਨ ਜੋ ਪ੍ਰਾਕਿਰਤਿਕ ਮੰਡਲ ਵਿੱਚ ਨਿਯਮ ਹੈ ਬਣਨਾ ਸਮਾਂ ਮੰਗਦਾ ਤਾਮੀਰ ਸਮਾਂ ਮੰਗਦਾ ਇੱਕ ਦਰਖਤ ਨੂੰ ਮੈਂ ਕੱਟ ਕੇ ਜ਼ਮੀਨ 'ਤੇ ਸੁੱਟਣਾ ਹੈ ਅੱਜ ਐਸੀਆਂ ਆਟੋਮੈਟਿਕ ਮਸ਼ੀਨਾਂ ਆ ਗਈਆਂ ਨੇ 1 ਮਿੰਟ ਦੇ 'ਚ ਵੱਡਾ ਦਰਖਤ ਉਖਾੜ ਕੇ ਪਰੇ ਸੁੱਟਦਾ ਕਿਆ 1 ਮਿੰਟ ਦੇ 'ਚ ਇਤਨਾ ਵੱਡਾ ਦਰਖਤ ਜ਼ਮੀਨ 'ਚੋਂ ਪੈਦਾ ਕੀਤਾ ਜਾ ਸਕਦਾ ਤਾਂ 10-20 ਸਾਲ ਲੱਗਣ ਮੈਂ ਉਹਨਾਂ ਨੂੰ ਕਿਹਾ ਇਹ ਜੋ ਨਿਯਮ ਪ੍ਰਕਿਰਤੀ 'ਚ ਕੰਮ ਪਿਆ ਕਰਦਾ ਹੈ ਨਾ ਜੀਵਨ ਦੀ ਤਾਮੇਰ ਦੇ 'ਚ ਵੀ ਇਹ ਨਿਯਮ ਕਰ ਵਕਤ ਮੰਗਦਾ ਧੀਰਜ ਚਾਹੀਦਾ ਸਮਾਂ ਚਾਹੀਦਾ ਤੁਸੀਂ 2 ਮਿੰਟ ਦੇ ਜਿਹੜੀ ਤਰਕ ਖੜੀ ਕਰ ਦਿੱਤੀ ਔਰ ਬੇਢੰਗੇ ਤਰੀਕੇ ਨਾਲ ਸ਼ਬਦ ਵੀ ਅਪਸ਼ਬਦ ਵਰਤਿਆ ਕਹਿੰਦਾ ਕੀ ਹੈ ਨਾ ਸੰਤਾਂ ਕੋਲ ਮੌਤ ਦੀ ਗੱਲ ਕਰੀ ਜਾਂਦੇ ਬਾਬੇ ਫਰੀਦ ਦਾ ਤਾਂ ਨਾ ਹੀ ਉਹਨਾਂ ਨੇ ਬੜੇ ਬੇਢੰਗੇ ਦੰਗ ਨਾ ਲਿਆ ਕਹਿੰਦਾ ਸਲੋਕਾਂ ਵਿੱਚ ਹੈ ਕਿ ਮੌਤ ਦਾ ਹੀ ਰੋਣਾ ਫਰੀਦਾ ਮੌਤੇ ਦਾ ਬੰਨਾ ਇੰਜ ਸੇ ਜਿਉਂ ਦਰਿਆ ਰਹੇ ਅੱਗੇ ਦੌਲਤ ਤਪਿਆ ਸੁਣੀ ਭੂਲ ਪਵੇ ਆ ਨਰਕਾਂ ਦਾ ਡਰ ਪੈਦਾ ਕਰ ਮੌਤ ਦਾ ਭੈ ਪੈਦਾ ਕਰ ਬੁਢੇਪੇ ਦਾ ਭੈ ਪੈਦਾ ਕਰੋ ਬੰਦੇ ਨੂੰ ਜੀਣ ਹੀ ਨਾ ਦੇ ਜ਼ਿੰਦਗੀ ਬਤੀਤ ਨਾ ਕਰਨ ਦੇ ਅਤੇ ਮੈਨੂੰ ਕਹਿਣ ਵੀ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਤੁਸੀਂ ਸਾਡੇ ਤਰਕ ਦਾ ਕੋਈ ਸਹੀ ਢੰਗ ਨਾਲ ਜਵਾਬ 2 ਘੰਟਿਆਂ 'ਚ ਵੀ ਨਹੀਂ ਦੇ ਸਕੋ ਕਹਿੰਦੇ ਅਸੀਂ ਬੜਿਆਂ ਬੜਿਆਂ ਨੂੰ ਕਾਇਲ ਕੀਤਾ ਬੜੇ ਬੜੇ ਸਾਧੂਆਂ ਨਾਲ ਮੱਥਾ ਮਾਰਿਆ ਮੈਂ ਕਿਹਾ ਮਾਰਿਆ ਹੋਵੇਗਾ ਤੁਸੀਂ ਆਪਣਾ ਮੱਥਾ ਅਜੇ ਗੁਰੂ ਗ੍ਰੰਥ ਸਾਹਿਬ ਦੇ ਕਦਮਾਂ 'ਤੇ ਨਹੀਂ ਰਗੜਿਆ ਨਹੀਂ ਤਾਂ ਤੁਹਾਡਾ ਮੱਥਾ ਬਦਲ ਜਾਣਾ ਨਹੀਂ ਤਾਂ ਤੁਹਾਨੂੰ ਕੁਝ ਸਮਝ ਪੈ ਜਾਣੀ ਗੁਰਬਾਣੀ ਨੇ ਗੁੰਡੀਆਂ ਖੋਲ੍ਹੀਆਂ ਖੈਰ ਵਕਤ ਉਹਨਾਂ ਨੇ ਕੱਢਿਆ ਉਹਨਾਂ ਦੀ ਤਰਕ ਦਾ ਜੋ ਮੈਂ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਰੱਖਾਂ ਕਿਉਂਕਿ ਸ਼ਬਦ ਦੇ ਬੁਢੇਪੇ ਦਾ ਜ਼ਿਕਰ ਬਿਰਧ ਅਵਸਥਾ ਦੀ ਪੀੜਾ ਦਾ ਜ਼ਿਕਰ ਬਿਰਧ ਅਵਸਥਾ ਦੇ ਰੋਣੇ ਦਾ ਜ਼ਿਕਰ ਬਿਰਧ ਅਵਸਥਾ ਦੀ ਕਮਜ਼ੋਰੀ ਦਾ ਜ਼ਿਕਰ ਬਿਰਧ ਅਵਸਥਾ ਦੇ ਦੁੱਖਾਂ ਦਾ ਜ਼ਿਕਰ ਗੁਰਬਾਣੀ ਇਸ ਵਾਸਤੇ ਸਾਵਧਾਨ ਵੀ ਕਰਦੀ ਹੈ ਜਬ ਲਗ ਜਰਾ ਰੋਗ ਨਹੀਂ ਆ ਦੇਖੋ ਇੱਕ ਰੋਗ ਤਪੇ ਦਿੱਕ ਆਉਂਦਾ ਹੈ ਕੈਂਸਰ ਹੁੰਦਾ ਹੈ ਟਾਈਫਾਇਡ ਹੁੰਦਾ ਹੈ ਮਲੇਰੀਆ ਹੁੰਦਾ ਹੈ ਜ਼ੁਕਾਮ ਹੁੰਦਾ ਹੈ ਨਜ਼ਲਾ ਹੁੰਦਾ ਹੈ ਪਰ ਇੱਕ ਰੋਗ ਹੈ ਬੁਢੇਪਾ ਇਲਾਜ ਹੈ ਮਲੇਰੀਏ ਦਾ ਤਪੇ ਦਿੱਕ ਦਾ ਅੱਜ ਇਲਾਜ ਨਿਕਲਿਆ ਖਤਰਨਾਕ ਤੋਂ ਖਤਰਨਾਕ ਬਿਮਾਰੀਆਂ ਆਉਂਦੀਆਂ ਨੇ ਇਲਾਜ ਵੀ ਆ ਜਾਂਦਾ ਅੱਜ ਪਲੇਗ ਦਾ ਵੀ ਇਲਾਜ ਹੈ ਤਪੇ ਦਿੱਕ ਦਾ ਇਲਾਜ ਹੈ ਔਸ਼ਧੀਆਂ ਆ ਜਾਂਦੀਆਂ ਨੇ
ਹੁਣ ਤੁਸੀਂ ਦੱਸੋ ਬੁਢੇਪੇ ਦਾ ਕੀ ਇਲਾਜ ਹੈ? ਕੋਈ ਹੈ ਇਲਾਜ? ਇੱਕ ਬੁਢੇਪਾ ਹੀ ਐਸਾ ਰੋਗ ਹੈ ਜੋ ਰੋਜ਼ ਰੋਜ਼ ਵਧੇਗਾ, ਘਟੇਗਾ ਨਹੀਂ, ਵਧੇਗਾ। ਇਹ ਕਿਤਨੀਆਂ ਹੀ ਔਸ਼ਧੀਆਂ ਦੇਈਏ, ਕਿਤਨੇ ਹੀ ਜੋ ਹੈ ਕੁਸ਼ਤੇ ਖਿਲਾਈਏ, ਰੋਜ਼ ਰੋਜ਼ ਬੁਢੇਪਾ ਵਧੇ। ਕੁਸ਼ਤੇ ਖਿਲਾਣੇ, ਔਸ਼ਧੀਆਂ ਖਿਲਾਣੀਆਂ, ਵਿਟਾਮਿਨਸ ਦੇਣੇ ਇਸ ਬੁੱਢੇ ਨੂੰ। ਕਬੀਰ ਕਹਿੰਦੇ ਨੇ, ਸੂਕੇ ਸਰਵਰ ਪਾਲ ਬੰਧਾਵੇ, ਲੁਣੇ ਖੇਤ ਹਤਬਾਰ ਕਰ। ਸਰੋਵਰ ਦੇ ਉੱਤੇ ਪਾਣੀ ਰਿਹਾ ਨਹੀਂ ਤੇ ਪਾਲ ਪਿਆ ਬਣਦਾ, ਬਨੇਰਾ ਪਿਆ ਲੱਗਦਾ। ਖੇਤੀ ਤੇ ਰਹੀ ਨਹੀਂ ਤੇ ਵਾੜ ਪਿਆ ਲੱਗਦਾ। ਸ਼ਕਤੀ ਰਹੀ ਨਹੀਂ, ਤਾਕਤ ਰਹੀ ਨਹੀਂ, ਸਫੁਰਤੀ ਰਹੀ ਨਹੀਂ ਤੇ ਹੁਣ ਕੁਸ਼ਤਿਆਂ ਦੇ ਰਾਹੀਂ ਤਾਕਤ ਪੈਦਾ ਪਿਆ ਕਰਦਾ ਹੈ। ਕਬੀਰ ਕਹਿੰਦੇ ਨੇ, ਪਾਣੀ ਨਹੀਂ ਹੈ ਤੇ ਪਾਲ ਕਿਹੜੀ ਗੱਲ, ਖੇਤੀ ਨਹੀਂ ਰਹੀ ਤੇ ਵਾੜ ਕਿਹੜੀ ਗੱਲ। ਸੁੱਕੇ ਸਰਵਰ ਪਾਲ ਬੰਧਾਵੇ, ਲੁਣੇ ਖੇਤ ਹਰ ਵਾਰ ਕਰੇ। ਇੱਕ ਰੋਗ ਜੋ ਜੀਵਨ ਭਰ ਅਗਰ ਸ਼ੁਰੂ ਹੋ ਗਿਆ ਤਾਂ ਰੋਜ਼ ਰੋਜ਼ ਵਧੇ ਵਧੇ ਵਧੇ, ਘਟੇਗਾ। ਫਿਰ ਇੱਕ ਬੜਾ ਪ੍ਰਬਲ ਸੱਚ, ਮਰਨਾ ਹੈ। ਜੀਵਨ ਵਿੱਚ ਬਾਕੀ ਕੁਛ ਮਿਲਣਾ ਹੈ ਕਿ ਨਹੀਂ ਮਿਲਣਾ, ਪੁੱਤਰ ਮਿਲਣੇ ਨੇ ਕਿ ਨਹੀਂ, ਪ੍ਰਭਤਾ ਮਿਲਣੀ ਹੈ ਕਿ ਨਹੀਂ, ਕੋਈ ਪਤਾ ਨਹੀਂ। ਚੰਗੀ ਚੌਕੀ ਧਨ ਸੰਪਦਾ ਮਿਲਣੀ ਹੈ ਕਿ ਨਹੀਂ, ਕੋਈ ਪਤਾ ਨਹੀਂ। ਮਾਨ ਪ੍ਰਤਿਸ਼ਠਾ ਮਿਲਣੀ ਹੈ ਕਿ ਨਹੀਂ, ਕੋਈ ਪਤਾ ਨਹੀਂ। ਰਹਿਣ ਨੂੰ ਕੋਈ ਚੰਗਾ ਟਿਕਾਣਾ ਮਿਲਣਾ ਹੈ ਕਿ ਨਹੀਂ, ਕੋਈ ਪਤਾ ਨਹੀਂ। ਪਰ ਇੱਕ ਗੱਲ ਬਿਲਕੁਲ ਨਿਸ਼ਚਿਤ ਹੈ, ਬਾਕੀ ਕੁਛ ਵੀ ਨਿਸ਼ਚਿਤ ਨਹੀਂ ਹੈ, ਮਰਨਾ ਹੈ ਹੀ ਹੈ। ਇਹ ਤਾਂ ਨਿਸ਼ਚਿਤ, ਬਾਕੀ ਕੁਛ ਮਿਲਣਾ ਹੈ ਕਿ ਨਹੀਂ, ਕੁਛ ਵੀ ਨਿਸ਼ਚਿਤ ਨਹੀਂ, ਇਹ ਨਿਸ਼ਚਿਤ ਹੈ। ਹੁਣ ਜਿਹੜਾ ਨਿਸ਼ਚਿਤ ਹੈ ਉਹਨੂੰ ਭੁੱਲ ਜਾਈਏ ਅਤੇ ਜਿਹੜਾ ਅਨਿਸ਼ਚਿਤ ਹੈ ਉਹਦੀਆਂ ਯਾਦਾਂ ਵਿੱਚ ਰਹੀ ਜ਼ਿੰਦਗੀ ਇਸ ਤਰ੍ਹਾਂ ਬਤੀਤ ਹੁੰਦੀ ਹੈ। ਜੋ ਅਨਿਸ਼ਚਿਤ ਹੈ ਸਾਰਾ ਦਿਨ ਉਹਦੀਆਂ ਯਾਦਾਂ ਵਿੱਚ ਬਤੀਤ ਹੁੰਦਾ ਹੈ, ਔਰ ਜੋ ਨਿਸ਼ਚਿਤ ਹੈ ਸਾਰੀਆਂ ਯਾਦਾਂ ਉਸਨੂੰ ਬੁਲਾਉਣ ਵਾਸਤੇ।